लोग आए हुए पंजाब तो उत बड़े वधिया बच्चे ने बीबियां भैणा। मैं कहना बच्चों च बड़ी क्रेज होंदी है कलाकारां दी, पंजाब दे बच्चों च बहुत। पता नहीं भी कलाकार की खांदे ने, पता नहीं असीं कित्थे रहने आ, पता नहीं किहो जे आ। आ सच्ची गल है, मैं प्रोग्राम ते जा रहा सी संगरूर ते भवानीगढ़ दे विचाले साडी गड्डी पंचर हो गई। अच्छा। मैं बाहर खड़ गया गड्डी दे ते मुंडा ड्राइवर जिहड़ा साडा गड्डी दा टायर चेंज करन लग गया। तीन बच्चे आए स्कूल वाले, ये सच्ची गल है, मेरे वाल बिंगा या झाक के कहंदा कंजर दा भगवान तमां लगदा। ओए ओए होए होए ਕੰਜਰ ਦਾ ਤਾਂ ਉਹੀ ਲਾਉਂਦੇ, ਕੰਜਰ ਦਾ ਤਾਂ ਉਹੀ ਅੰਗਰੇਜ਼ੀ ਜਿਵੇਂ ਸੌਰੀ ਥੈਂਕ ਯੂ ਲਾਉਣਾ ਉੱਥੇ ਉਹੀ ਲਾਉਂਦੇ ਪੰਜਾਬੀ ਚ ਉਹੀ ਕੰਜਰ ਦਾ ਤਾਂ। ਅੱਛਾ ਫਿਰ ਦੂਜਾ ਕਹਿੰਦਾ ਲੱਗਦਾ ਤਾਂ ਮੇਰਾ ਸਾਲਾ ਉਹੀ ਆ ਯਾਰ ਇਹ। ਓਏ ਹੋਏ 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 ਹੋਏ। ਲਓ ਜੀ ਫੈਸਲਾ ਕਰ ਲਿਆ ਉਹਨਾਂ ਨੇ ਵੀ ਭਗਵੰਤ ਮਾਨ ਹੀ ਆ। ਇਹ ਤੀਜਾ ਕਹਿੰਦਾ ਇਹ ਤਾਂ ਕੰਜਰ ਦਾ ਜਮੀ ਬੰਦਿਆਂ ਵਰਗਾ ਹੋਏ। ਹਾਂ ਸਾਦੀ ਕਰਦੀ। ਉਹ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਮੇਰੀ ਪੂਛ ਗੱਡੀ ਚ ਪਈਆ ਸਿੰਘ ਘਰੇ ਭੁੱਲਿਆ ਅੱਜ ਮੈਂ ਕਿਹਾ ਕਰੇਜ਼ ਹੁੰਦੀ ਹੈ, ਕਰੇਜ਼ ਪਿਆਰ ਪਿਆਰ ਆ ਬੱਚੇ ਦਾ। ਬਸ 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 ਬਿਲਕੁਲ ਯਾਰ, ਤੂੰ ਵਿਆਹ ਤੋਂ ਬਾਅਦ ਦਿਖੇ ਹੀ ਨਹੀਂ ਕਦੇ ਫਿਰ। ਓ ਯਾਰ ਵਿਆਹ ਤੋਂ ਬਾਅਦ ਪੁੱਛਣਾ ਕੀ ਹੋ ਗਿਆ, ਬੜੇ ਪੰਗੇ ਵਿਆਹ ਤੋਂ ਬਾਅਦ। ਕਿਉਂ ਬੜੇ ਕੰਮ ਹੈ ਬੰਦੇ ਨੂੰ ਵਿਆਹ ਤੋਂ ਬਾਅਦ ਹੁੰਦੇ। ਤੇਰੇ ਬਾਲ ਨਹੀਂ ਬੱਚਾ ਨਹੀਂ ਤੇਰੇ ਕਾਹਦੇ ਕੰਮ ਆ ਓਏ। ਹਾਂ ਓਏ ਇਕੱਲੇ ਬਾਲ ਬੱਚੇ ਨਾਲ ਕੰਮ ਨਹੀਂ ਹੁੰਦੇ, ਹੋਰ ਬੜੇ ਫਰਜ਼ ਆ ਜਿਹੜੇ ਵਿਆਹ ਤੋਂ ਬਾਅਦ ਬੰਦੇ ਨੂੰ ਨਿਭਾਉਣੇ ਪੈਂਦੇ। ਕਿਹੜੇ ਫਰਜ਼ ਨਿਭਾਤੇ ਤੂੰ ਵਿਆਹ ਤੋਂ ਬਾਅਦ ਹੀ ਯਾਰ? ਆ ਦੇਖ ਵੈਸੇ ਇੱਕ ਗੱਲ ਮੈਂ ਤੈਨੂੰ ਦੱਸਾਂ, ਕਿਹੜੀ? ਕੋਈ ਬੰਦਾ ਗੁਣ ਨਹੀਂ ਜਾਣਦਾ ਦੁਨੀਆ 'ਚ। ਕਿਵੇਂ? ਕਿਸੇ ਦਾ ਜਿੰਨਾ ਮਰਜ਼ੀ ਕਰੀ ਜਾਓ। ਕੀ ਗੱਲ ਹੋ ਗਈ? ਆ ਤੈਨੂੰ ਪਤਾ ਜਦੋਂ ਮੇਰਾ ਵਿਆਹ ਹੋਇਆ ਸੀ, ਹਾਂ ਤੇਰੀ ਭਰਜਾਈ ਉਦੋਂ ਮੈਟ੍ਰਿਕ ਪਾਸ ਸੀ। ਮੈਨੂੰ ਦੱਸਦਾ, ਮੈਂ ਤਾਂ ਮਿਹਨਤਾਂ ਕਰ ਕਰਕੇ ਰਿਸ਼ਤਾ ਕਰਾਇਆ ਤੇਰਾ। ਹੈ ਓਏ ਠੀਕ ਹੈ, ਹਾਂ ਮੈਟ੍ਰਿਕ ਸੀ। ਦੇਖ ਉਸ ਤੋਂ ਬਾਅਦ ਸੁਣ, ਹਾਂ ਸਭ ਤੋਂ ਪਹਿਲਾਂ ਉਹਨੂੰ ਕਰਾਈ +2। +2 ਕਰਾਤੀ? ਹਾਂ ਬਹੁਤ ਵਧੀਆ ਕੀਤਾ ਯਾਰ, ਵਾਈਫ ਨੂੰ ਪੜਾ ਲਿਆ ਯਾਰ, ਕਮਾਲ। ਓਏ +2 ਤੇ ਹੈਰਾਨ ਹੋ ਗਿਆ। ਅੱਗੇ ਸੁਣ, ਹਾਂ ਉਸ ਤੋਂ ਬਾਅਦ ਕਰਾਈ ਪ੍ਰਾਈਵੇਟ ਗਿਆਨੀ। ਗਿਆਨੀ ਚਲ 2 ਸਾਲਾਂ ਦੀ ਗੱਲ ਹੈ ਯਾਰ, ਆ ਬਹੁਤ ਵਧੀਆ ਕੀਤਾ ਯਾਰ, ਐਜੂਕੇਟਡ ਵਾਈਫ ਬਹੁਤ ਜ਼ਰੂਰੀ ਹੈ ਯਾਰ। ਮੈਂ ਕਹਿੰਦਾ ਪ੍ਰਾਈਵੇਟ ਗਿਆਨੀ ਤੋਂ ਬਾਅਦ ਉਹਨੂੰ BA ਕਰਾਤੀ 3 ਸਾਲਾਂ ਚ। ਹਾਂ ਚਲੋ ਇਹ ਬਹੁਤ ਵਧੀਆ, ਚਲੋ BA ਹੋ ਜੇ ਨਾਲ ਡਿਗਰੀਆਂ ਵੱਧਦੀ ਨੇ। BA ਤੋਂ ਬਾਅਦ ਉਹ ਕਹਿੰਦੀ ਮੈਂ ਹੋਰ ਪੜ੍ਹਨਾ। ਅੱਛਾ ਫਿਰ ਉਹਨੂੰ MA ਕਰਾਤੀ 2 ਸਾਲਾਂ ਚ। ਬਿਲਕੁਲ ਓਏ ਹੋਏ ਹੋਏ ਕਮਾਲ ਕਰਤੀ ਬਈ। ਹੈ ਓਏ MA ਤੋਂ ਬਾਅਦ ਹਾਂ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਵੀ ਜਿੱਥੇ ਇੱਕ MA ਕੀਤੀ ਆ ਇੱਕ ਹੋਰ ਕਰ ਲੈ। ਚੱਲ 1 ਸਾਲ ਨਾਲ ਕੀ ਫਰਕ ਪੈਂਦਾ, ਹੋਰ ਕਰ ਲੈ ਡਬਲ MA ਕਰਾਤੀ। ਬਹੁਤ ਅੱਛੇ 7-8 ਸਾਲ ਪੜ੍ਹਾਈ ਗਿਆ ਮੈਂ ਉਹਨੂੰ। ਆਹਾ ਓ ਯਾਰ ਫੇਰ ਵੀ ਮੇਰੇ ਨਾਲ ਲੜਦੀ ਰਹਿੰਦੀ ਆ। ਹਾਂ ਹੁਣ ਤੂੰ ਹੀ ਦੱਸ ਵੀ ਮੈਂ ਤੇਰੀ ਭਰਜਾਈ ਵਾਸਤੇ ਏਦੂ ਵੱਧ ਹੋਰ ਕੀ ਕਰ ਸਕਦਾ? ਕਰ ਕਿਉਂ ਨਹੀਂ ਸਕਦਾ, ਤੂੰ ਕੋਕਾ ਬੜਾ ਕੁਝ ਕਰ ਸਕਦਾ। ਹੁਣ ਏਦਾਂ ਕਰ, ਇੱਕ ਫਰਜ਼ ਹੋਰ ਨਿਭਾ ਦੇ। ਕਿਹੜਾ? ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਹੁਣ ਵਿਆਹ ਕਰ ਦੇ। ਕੋਈ ਗੱਲ ਆ ਯਾਰ, ਧੀਆਂ ਵਾਂਗੂ ਪੜਾਈਆਂ ਨਾਲ ਲੜੂਗੀ ਨਹੀਂ ਤੇਰੇ ਨਾਲ। ਓਏ